ਸਾਡੇ ਵਾਰਿਸ ਹਕੀਕੀ ਬਕੀਅਤੁਲਾਹ ਵਲੀਉਲਾ ਸ੍ਰੀ ਮਾਮ ਜ਼ਮੰਦ ਜ਼ਹੂਰ ਤਾਜੀਲ ਅਤਾ ਫਰਮਾ ਇਮਾਮ ਹੁਸੈਨ ਅਲੈਹਿ ਸਲਾਮ ਦੇ ਜਿਤਨੇ ਵੀ ਇਸ ਤਾਲਮ ਦਾ ਮੇਰੇ ਤੋਂ ਪਹਿਲੇ ਪੜ੍ਹ ਗਏ ਜਿਤਨੇ ਮੇਰੇ ਬਾਅਦ ਪੜ੍ਹਨਾ ਮੇਰੀ ਨੌਕਰੀ ਸਮਾਂ ਸਾਰਿਆਂ ਦੀ ਡਿਊਟੀ ਅੱਲਾਹ ਅਜ਼ੀਮ ਇਬਾਦਤ ਸ਼ੁਮਾਰ ਫਰਮਾ ਅੱਲਾਹ ਆਪਣੀ ਇੱਜ਼ਤ ਵਾਸਤੇ ਸਾਡੀਆਂ ਦੁਆਵਾਂ ਹਾਜਾਤ ਇਬਾਦਤ ਆਪਣੀ ਬਾਰਗਾਹ ਚ ਅਜ਼ੀਮ ਇਬਾਦਤ ਸ਼ੁਮਾਰ ਫਰਮਾ ਦੁਆਵਾਂ ਦੀ ਕਬੂਲੀਅਤ ਵਾਸਤੇ ਸਲਵਾਤ ਸਾਰੇ ਸਹਿਬਾਨ ਮਿਲ ਕੇ ਤਿਲਾਵਤ ਫਰਮਾਓ ਅਲਹੁਮਾ ਨਾਰੇ ਤਕਬੀਰ ਨਾਰਾਏ ਰਿਸਾਲਤ ਨਾਰਾਏ ਹੈਦਰੀ ਹੁਸੈਨੀਆਦ ਯਜ਼ੀਦੀਆਦ ਅਹਿਲ ਬੈਤ ਦੁਸ਼ਮਨਾ ਤਲਾਨਾਦ ਕੁਨ ਫੁਜ਼ ਹਰਾਮੀ ਤਲਾਨਾਦ ਸ਼ਮਰ ਕਮੀਨਾ ਤਲਾਨਾਦ ਇਮਾਮ ਜ਼ਮਾਨਾ ਦੀ ਆਮਦ ਸਲਾਮਤੀ ਵਾਸਤੇ ਸਲਵਾਤ ਤਿਲਾਵਤ ਫਰਮਾਓ ਲਹੁਮਾ ਆਈ ਜਾ ਰਹੇ ਜ਼ਿਕਰ ਪਾਕ ਸ਼ੁਰੂ ਕਰ ਲਓ ਜਿਹੜੇ ਬਾਲਕ ਬਹਿ ਗਏ ਯਕੀਨਨ ਸਾਰੇ ਅਜ਼ਦਾਰ ਹੈ ਮਾਲਕ ਤੁਹਾਡਾ ਟੁਰਾਇਆ ਅਜ਼ੀਮ ਇਬਾਦਤ ਸ਼ੁਮਾਰ ਫਰਮਾਵੇ ਅੱਲਾਹ ਤੁਹਾਡੀਆਂ ਜ਼ਿਲਮ ਦੀਆਂ ਡਿਊਟੀਆਂ ਮਜਾਲਿਸ ਅਜ਼ਦਾਰੀਆਂ ਅਜ਼ੀਮ ਇਬਾਦਤ ਸ਼ੁਮਾਰ ਫਰਮਾਵੇ ਜਿਤਨੀ ਦਿਲ 'ਚ ਗਰਜ਼ ਹੈ ਜਿਤਨੀ ਦਿਲ 'ਚ ਇੰਤਜ਼ਾਰ ਹੈ ਇਮਾਮ ਦੇ ਜ਼ਹੂਰ ਦੀ ਉਤਨੀ ਬੁਲੰਦ ਸਲਵਾਤ ਪੜ੍ਹੋ ਚਾਹ ਮਾਲਕ ਤੁਹਾਡਾ ਟੋਲਾ ਕਬੂਲ ਫਰਮਾਵੇ ਤੇ ਗਿਆ ਅਮਲੀ ਉਜਲਾ ਮਦੀਨਾ ਮਦਦ ਕਿਤੇ ਬੁਲਵਾਇਦਾ ਇਸ ਮਦਦਾ ਨਗਰੀਆਂ ਨੂੰ ਕਿਆਮਤ ਤੱਕ ਆਬਾਦ ਰੱਖੇ ਚੇਲਮ ਦੀ ਮਜਲਿਸ ਫਕਤ ਮੈਂ ਮਸਾਹਿਬੇ ਬਜ਼ੁਰਗ ਸਿਰਫ ਦੁਆ ਲੈਣ ਦੀ ਖਾਤਰ ਭਾਈ ਅੱਲਾਹ ਤੁਹਾਡੀ ਜ਼ਿੰਦਗੀ ਦਰਾਜ਼ ਫਰਮਾਵੇ ਸੋਹਣਾ ਇਸਤਕਬਾਲ ਕੀਤਾ ਨੇ ਚੇਲਾ ਉਸ ਗਰੀਬ ਦਾ ਕਰਬਲਾ ਦੇ ਜੰਗਲ ਜਨ ਕਫਨ ਸਜਾਦ ਨਹੀਂ ਦੇ ਸਕਿਆ ਤੁਹਾਡਾ ਵਿਹਲਾ ਹੋਵੇ ਸ਼ਰਾ ਜੁਗ ਪੈ ਜੀ ਉਹ ਅਜ਼ਦਾਰ ਇਮਾਮ ਹੁਸੈਨ ਦੇ ਤੁਹਾਡਾ ਵਿਹਲਾ ਹੋਵੇ ਜਾਂ ਗਰੀਬ ਦੇ ਚੇਲਮ ਦੀ ਪੂਰੀ ਵਿਛਾਈਏ ਸਾਜਰਾਲੇ ਵਾਲਿਓ ਮੈਂ ਇੱਕ ਸਤਾਰਾ ਦਰਾਨਾ ਕਿਸਮਤ ਭੇਣ ਤੇ ਬਿਰਾ ਦੀ ਕਰਬਲਾ ਬਿਰਾ ਦੇ ਚੇਲਮ ਆਈ ਤੇ ਭੇਣਾਂ ਦੀ ਸ਼ਾਮ ਵਿੱਚ ਪੇਸ਼ੀ ਆਈ ਮੈਂ ਸਦਕੇ ਆਵਾਂ ਸ਼ਲਾਲੇ ਦੀਆਂ ਜਾਇਓ ਰਾਜੀ ਹੋਣ ਜੇ ਲੱਖ ਵਾਰੀ ਸ਼ਲ ਜੁਗ ਪੈ ਜੀ ਉਹ ਬਾਬਾ ਅਜ਼ਦਾਰ ਇਮਾਮ ਹੁਸੈਨ ਦੇ ਚਲੋ ਰੁੱਖ ਨਾ ਬਦਲਾਂ ਮੈਂ ਸਾਹਿਬ ਪਹਿਲੇ ਵੀ ਸੁਣਦੇ ਪਏ ਹਨ ਮੈਂ ਬੰਦ ਪੜਦਾ ਪਿਆ ਮੇਰਾ ਜ਼ਿਹਨ ਕੁਝ ਹੋਰ ਆਈ ਤੁਸੀਂ ਸੋਹਣਾ ਰੁਣੀ ਹੋ ਤੁਹਾਡਾ ਮੈਂ ਇੱਥੇ ਰੁੱਖ ਨਾ ਬਦਲਾਂ ਕਦਾਂ ਹੀ ਕਿਥਾਂ ਹੀ ਸੁਣਿਆ ਉਹਨੇ ਕਹਿਣ ਦਾ ਪੁੱਤਰ ਹੋਵੇ ਹੋਵੇ ਬੇ ਜੁਰਮ ਤੇ ਉਹਦੀ ਪੇਸ਼ੀ ਹੋਵੇ ਕਿਥਾਂ ਹੀ ਨਹੀਂ ਸੁਣਾ ਨਾ ਤੁਸੀਂ ਕਿਦਾਂ ਬਜ਼ੁਰਗੋ ਸੁਣੋ ਵਿਰਲ ਕਿਥਾਂ ਹੀ ਸੁਣਾ ਉਹਨੇ
ਮੈਂ ਮਿੰਬਰ ਤੇ ਆ ਖਲੋਤਾ ਕਹਿੰਦੇ ਵੀ ਜੁਰਮ ਪੁੱਤਰ ਦੀ ਪੇਸ਼ੀ ਨਹੀਂ ਹੁੰਦੀ ਅੱਲਾ ਜਾਣੇ ਅਲੀ ਦੀਆਂ ਧੀਆਂ ਦਾ ਕਿਹੜਾ ਜੁਰਮ ਆਏ ਜਿਸਲੇ ਦਿਲ ਆਦਾ ਹੀ ਪੇਸ਼ੀ ਲਾ ਦਿੰਦਾ ਹੈ ਸੋਹਣਾ ਪੈ ਰਹੇ ਬਜ਼ੁਰਗੋ ਇਥਾਂ ਹੀ ਰੁੱਖ ਬਦਲਾਂ ਮਾਜ਼ਰਤ ਨਾਲ ਚਲੋ ਜ਼ਿਹਨ ਕੁਝ ਹੋਰ ਆਈ ਜ਼ਿਹਨ ਬਦਲ ਕੇ ਇੱਕ ਸੱਤਰ ਪੜ੍ਹਦਾ ਅਠਾਰਾਂ ਬਿਰਾਵਾਂ ਦੀ ਪਰਦੇਦਾਰ ਬਹਿਣ ਕਹਿਨਾਤ ਦੇ ਸਖੀ ਪਿਓ ਦੀ ਧੀ ਪੂਰੀ ਜ਼ਿੰਦਗੀ ਕਾਇਨਾਤ ਵਿੱਚ ਰਿਜ਼ਕ ਵੰਡਣ ਵਾਲਾ ਲਈ ਸਿੱਖਦਾ ਤੁਰਿਆ ਕਦਾਂ ਹੀ ਤਾਂ ਆਲੀ ਹੈ ਮੇਰੇ ਕੋਲ ਕੁਝ ਮੰਗਿਆ ਬਜ਼ੁਰਗੋ ਰੋਂਦੇ ਇਸੇ ਗੱਲ ਨੂੰ ਹੈ ਜਾਂਦਾ ਬਾਬਾ ਸਿੱਖਦਾ ਤੁਰਿਆ ਤੇ ਜੈ ਬਾਬੇ ਕੋਲ ਕਦਾਂ ਹੀ ਕੁਝ ਲਾਈ ਮੰਗਿਆ ਕਰ ਬਲਾ ਬਿਰਾ ਮਰਾ ਕੇ ਲੋ ਭਰ ਜਾਈਆਂ ਰਸਿਆਂ ਚ ਇਹ ਨਾ ਰਲਾ ਕੇ ਇਸ ਬੀਬੀ ਪੰਤਾਲੀ ਸ਼ਹਿਰਾਂ ਚ ਬੁਰਕਾ ਮੰਗਾ ਤ੍ਰੈ ਸ਼ਹਿਰਾਂ ਚ ਮੌਤ ਮੰਗੀ ਹੈ ਉਹ ਮੈਂ ਸਦਕੇ ਅਲੀ ਦੀਆਂ ਜਾਈਆਂ ਰਾਜੀ ਬਜ਼ੁਰਗੋ ਜੁਗ ਪਹਿਲੀ ਹੋ ਅਲੀ ਦੀਆਂ ਜਾਈਆਂ ਰਾਜੀ ਹੁਣ ਲੱਖ ਵਾਰੀ ਪੰਤਾਲੀ ਸ਼ਹਿਰਾਂ ਚ ਬੁਰਕਾ ਮੰਗਿਆਸ ਤ੍ਰੈ ਸ਼ਹਿਰਾਂ ਚ ਮੌਤ ਮੰਗੇਸ ਹਲਬ ਅਸਕਲਾਨ ਤੇ ਸ਼ਾਮ ਜਿਨ੍ਹਾਂ ਹਾਏ ਨੇ ਕੀਤੀ ਹਲਬ ਹੈ ਅਲੀ ਅਸਗਰ ਦੀ ਮਾਂ ਦਾ ਪੇਕਾ ਸ਼ਹਿਰ ਮੈਂ ਲਗਾਣਾ ਜਿੱਦਾਂ ਅਕਬਰ ਦੀ ਬਰਾਤ ਹਲਬ ਦੇ ਸ਼ਹਿਰ ਚ ਆ ਖਲੋਤੀ ਹੈ ਇਹੋ ਵੇਲਾ ਆਈ ਹੋਲੀ ਦੇ ਹੱਥ ਚ ਆਈ ਗਰੀਬ ਦੇ ਹੁਸੈਨ ਦੇ ਸਾਰਾ ਲਈ ਸਾਂਗ ਇਸ ਸਾਂਗ ਉੱਥੇ ਨਸਬ ਕੀਤੀ ਹੈ ਜਿੱਥੇ ਲੋਕਾਂ ਦਾ ਰਸ਼ ਜ਼ਿਆਦਾ ਆਈ ਇਮਾਮ ਦਾ ਸਾਰ ਬਜ਼ੁਰਗ ਉੱਥਾਂ ਆਏ ਫੇਰਿਆ ਚ ਜਿਸ ਰਸਿਆਂ ਚ ਖਲੋਤੀ ਆਈ ਇਮਰਾਨ ਕੈਸ ਦੀ ਧੀ ਦਿੱਤਾ ਹੋਇਆ ਸੱਯਦ ਦੀਆਂ ਅੱਖਾਂ ਬੰਦ ਵੀਰੋ ਡਿੱਠਾ ਹਰ ਕਹਿ ਜਿਵੇਂ ਅਸਗਰ ਦੀ ਮਾਂ ਡਿੱਠੇ ਨੈਣ ਕਹਿ ਨਾ ਡਿੱਠਾ ਫਿਰ ਮੈਂ ਅਕਬਰ ਦਾ ਬਾਬਾ ਕਰ ਬਲਾ ਤੁਹਾਡੀ ਮਕਤਲ ਆਈ ਜਿੱਦਾਂ ਤੁਸਾਂ ਕੁੱਟਿਆ ਵੇ ਅਸਾਂ ਅੱਖ ਬੰਦ ਨਾਈ ਕੀਤੀ ਉੱਥ ਤੁਹਾਡੀ ਮਕਤਲ ਆਈ ਇੱਥ ਮੇਰੀ ਮਕਤਲ ਏ ਅੱਖ ਖੋਲ ਕੇ ਵੇਖੋ ਚੌਥੀ ਗਲੀ ਚ ਮੇਰਾ ਪੇਕਾ ਦਰਵਾਜ਼ਾ ਆ ਗਿਆ ਹੈ ਮਸੂਮਾ ਮੇਰੇ ਕਰੀਬ ਆ ਸੱਜੇ ਪਾਸੇ ਚਾਰ ਸਾਲ ਦੀ ਧੀਆ ਖਲੋਤੀ ਅਸਗਰ ਦੀ ਮਾਰ ਉਹਨਾਂ ਮਸੂਮਾ ਤੂੰ ਬੇਜੁਰਮ ਯਤੀਮ ਏ ਮੈਂ ਬੇਜੁਰਮ ਅਸੀਰ ਆ ਯਤੀਮਾਂ ਦੀ ਦੁਆ ਅੱਲਾ ਰੱਦ ਨਹੀਂ ਕਰਿੰਦਾ ਮੈਂ ਵੈਣ ਪਿਓ ਕਰਿੰਦਾ ਇੰਤਜ਼ਾਰ ਮੁਕਾ ਖਲੋਤਾ ਯਤੀਮਾਂ ਦੀ ਦੁਆ ਅੱਲਾ ਰੱਦ ਨਹੀਂ ਕਰਿੰਦਾ ਇਸ ਬਾਜ਼ਾਰ ਚ ਹੱਥ ਚ ਆ ਕੇ ਦੁਆ ਮੰਗ ਤੇਰੀ ਮਾਂ ਨੂੰ ਮੌਤ ਆ ਜਾਵੇ ਅੰਮਾ ਮੁੱਕੀ ਮੰਜ਼ਲ ਤੇ ਮੌਤ ਫਿਰ ਮੈਂ ਹਾਂ ਮਸੂਮਾ ਉਹ ਸਾਹਮਣੇ ਵੇਖ ਲੈ ਚੌਥੀ ਗਲੀ ਚ ਤੇਰਾ ਨਾਨਕਾ ਦਰਵਾਜ਼ਾ ਆ ਗਿਆ ਬਾਬਾ ਸਾਹਿਬ ਮੈਨੂੰ ਰੱਬ ਦੀ ਕਸਮ ਹੈ ਸੁਣਿਆ ਹਰ ਕਹਿ ਉਹ ਜਿਵੇਂ ਹੁਸੈਨ ਦੀ ਚਾਰ ਸਾਲ ਦੀ ਧੀ ਸੁਣਿਆ ਇਹਨ ਕਹਿ ਨਹੀਂ ਸੁਣਿਆ ਇਹਨ ਹੱਥ ਬਦਸ ਅੰਮਾ ਜੇ ਇਜਾਜ਼ਤ ਦੇਵੇ ਜੇ ਮੁਹਲਤ ਦੇਵੇ ਤਾਂ ਮੈਂ ਨਾਨਕੀ ਹਵੇਲੀ ਚ ਜਾਵਾਂ ਬੀਬੀ ਅਦਲ ਮਸੂਮਾ ਵਾਲ ਸਹੀ ਲੇਕਿਨ ਦੇਰ ਨਾ ਕਰੇ ਜਿਤਨੀ ਦੇਰ ਤੂੰ ਨਾਨਕੀ ਹਵੇਲੀ ਚ ਬਾਸੇ ਮੇਰੇ ਸਜਾ ਦੀ ਕੰਡ ਜ਼ਖਮੀ ਹੁੰਦੀ ਰਾਜੇ ਅਲਾ ਜਾਣੋ ਮਾਦਮੀ ਇਜਾਜ਼ਤ ਲੈ ਕੇ ਤੁਰਦ ਪਈ ਹੈ ਗਰੀਬ ਦੀ ਧੀ ਤ੍ਰੈ ਕਦਮ ਚੈਸ ਸੈਣ ਫਿਜ਼ਾ ਨੂੰ ਨਾਰ ਰਲਾਇਸ ਅਜਦਾਰੋ ਤ੍ਰੀਜੀ ਗੱਲੀ ਦਾ ਮੋੜ ਆਇਆ ਸੈਣ ਫਿਜ਼ਾ ਦੇ ਕਦਮ ਰੁਕ ਗਏ ਮਸੂਮਾ ਤੂੰ ਵੰਜ ਮੈਂ ਵਹਿੰਦੀ ਵੀ ਨਾ ਡਾਡੀ ਅੰਮਾ ਤੁਸਾਂ ਕਿਉਂ ਨਹੀਂ ਵਹਿੰਦੇ ਫਿਰ ਮੈਂ ਤੈਨੂੰ ਤੂੰ ਨਹੀਂ ਜਾਣਦੀ ਜਿੱਦਾਂ ਤੁਹਾਡੇ ਪਿਓ ਹੁਸੈਨ ਦੀ ਬਰਾਤ ਇਸ ਘਰ ਚ ਆਈ ਆਈ ਨਾ ਜ਼ਹਿਰਾਂ ਤੁਹਾਡੀ ਜ਼ਖਮੀ ਦਾਦੀ ਇਸ ਦੁਨੀਆਂ ਤੇ ਆਈ ਕੋਈ ਨਾ ਬਤ ਉਸ ਘਰ ਚ ਮਾਂ ਵਾਲੇ ਸਗਨ ਕੀਤੇ ਆਣ ਮੈਂ ਤੁਹਾਡੀ ਮਰਜ਼ੀ ਆਏ ਕਰ ਰਹੇ ਤਾਂ ਤੇਰੇ ਵਾਸੇ ਚ ਭਲਾ ਹੋਣੇ ਬਾਬਾ ਉਸ ਘਰ ਚ ਮਾਂ ਵਾਲੇ ਸਗਨ ਕੀਤੇ ਆਣ ਮੈਂ ਮਸੂਮਾ ਇਨਸਾਫ ਕਰ ਜਿੱਥਾ ਮਾਂ ਬਣ ਕੇ ਆਈ ਹਮ ਅੱਜ ਉੱਥੇ ਕਹਿ ਦੇਣ ਬਣ ਕੇ ਕਿਵੇਂ ਵੰਨਾ ਡਾਡੀ ਤੋਂ ਡਿੱਠਾ ਅੱਛਾ ਡਾਡੀ ਤੂੰ ਜਾਣ ਫੁੱਫੀ ਆ ਲਿਆ ਮੈਂ ਜਾਣਾ ਤੇ ਨਾਨਕੀ ਹਵੇਲੀ ਸ਼ਿਓ ਇਹੋ ਦੀਗਰ ਦਾ ਵੇਲਾ ਹਾਈ ਮੈਂ ਆਦਰਾ ਨਾਲਾ ਜਾਣੇ ਅਸਮਾਨ ਡੱਠਾ ਕਿਉਂ ਨਾ ਜ਼ਮੀਨ ਖਤਮ ਕਿਉਂ ਨਾ ਹੋਈ ਕਿਉਂ ਜੀ ਵੇਲਾ ਸੀ ਜਿੱਦਾਂ ਪਹਿਲੀ ਵਾਰੀ ਚਾਰ ਸਾਲ ਦੀ ਧੀ ਨਾਨਕਿਆਂ ਦੇ ਦਰਵਾਜ਼ੇ ਤੇ ਆਈ ਹੋ ਸੀ ਤੇ ਹੱਥ ਚ ਰਸੀਆਂ ਹੋ ਸਨ ਤੁਹਾਡਾ ਭਲਾ ਹੋਵੇ ਮਾਂ ਹੁਸੈਨ ਦੀ ਤੁਹਾਡੇ ਤਰਾਜ਼ੀ ਹੋ ਦਾਰੋ ਦਰਵਾਜ਼ੇ ਤੇ ਆ ਕੇ ਲਾਜ਼ਾ ਬੈਠੀ ਰਹੀਏ ਵਤ ਆਪਣੇ ਆਪ ਨੂੰ ਆਦੀ ਮਸੂਮਾ
ਕਹਿ ਦੇਣ ਯਤੀਮ ਕੋਈ ਹੋ ਜੀ ਅਵੈਣ ਕਰ ਉਹਨਾਂ ਨੂੰ ਪਤਾ ਲੱਗ ਵਈਏ ਧੀ ਦਰਵਾਜ਼ੇ ਤੇ ਲੁੱਟੀ ਕੇ ਆ ਗਈਏ ਨਿੱਕੀਆਂ ਧੀ ਵਾਲਿਓ ਬਿਲਾ ਤਸ਼ਬੀ ਹੱਥ ਚੱਲ ਰੱਸੀਆਂ ਇਹ ਰੱਸੀ ਵਾਲੇ ਹੱਥ ਮੇਰੀ 4 ਸਾਲ ਦੀ ਮਸੂਮਾ ਸੈਨ ਰੱਖਣ ਦਰਵਾਜ਼ੇ ਤੇ ਹੱਥ ਰੱਖ ਕੇ ਕੁਰਾਨ ਪੜ੍ਹਨਾ ਸ਼ੁਰੂ ਕੀਤਾ ਬਿਸਮਿਲ੍ਲਾਹ ਰਹਿਮਾਨ ਰਹੀਮ ਇਨਾ ਮਾ ਯੁਰੀਦੁੱਲਾ ਦੀ ਆਇਤ ਪੜ੍ਹੀਏਸ ਜਿਵੇਂ ਮਲਕਾ ਅੱਲਾ ਵਜ਼ੂ ਕਰੇਂ ਦੀ ਪਈ ਆਈ ਉਸਤਾ ਵਢੇ ਪੀ ਆਏ ਇਸ ਇਲਾਕੇ ਵਾਲਿਓ ਕਨੀਜ਼ ਨੂੰ ਆਦੀ ਦਰਵਾਜ਼ੇ ਤੇ ਲੱਗੀ ਵਾਂ ਮੈਨੂੰ ਇੰਝ ਲੱਗਦਾ ਏ ਮੇਰੀ ਧੀ ਰਬਾਬ ਵਧੀ ਰੋਂਦੀ ਏ ਦਿਆਲਿਓ ਕਨੀਜ਼ ਦਰਵਾਜ਼ਾ ਖੋਲੇ ਦਿੱਤੇ ਤੇ 4 ਸਾਲ ਦੀ ਬੱਚੀ ਏ ਹੱਥ ਚ ਰੱਸੀਆਂ ਵਾਲ ਖੁੱਲੇ ਹੋਏ ਕੋਲਾ ਗਿਆ ਦੀ ਕਹਿ ਦੇਣ ਜ਼ਰ ਦੇਵਾ ਦੌਲਤ ਦੇਵਾ ਖਾਣਾ ਦੇਵਾ ਪਾਣੀ ਦੇਵਾ ਨਿੱਕੇ ਨਿੱਕੇ ਹੱਥ ਬਣ ਕੇ ਆਦੀ ਨਜ਼ਰ ਦੀ ਲੋੜ ਨਾ ਦੌਲਤ ਦੀ ਲੋੜ ਨਾ ਖਾਣੇ ਪਾਣੀ ਦੀ ਲੋੜ ਜੇ ਫਰਦੀ ਸਾਲ ਲਾ ਮਦੀਨੇ ਵਾਲੇ ਹੁਸੈਨ ਕਬੂਲ ਕਰੇ ਤੇਰੀ ਮਰਜ਼ੀ ਹੈ ਨਾ ਕਰੇ ਤੇ ਤੇਰੀ ਮਰਜ਼ੀ ਹੈ ਭਲਾ ਹੋਏ ਬਾਬਾ ਮਾਂ ਹੁਸੈਨ ਦੀ ਬੜੇ ਤੇਰਾ ਜੀ ਬਾਬਾ ਲਖਵਾਰੀ ਆ ਰੋ ਰੋ ਕੇ ਆਦੀ ਘਰ ਦੇ ਮਾਲਕੈਨ ਖਾਣਾ ਪਾਣੀ ਮੰਗਦੀ ਰਾ ਮਾਂ ਹੁਸੈਨ ਦੀ ਕਰੇ